ਨਮਸਕਾਰ ਖਬਰਾਂ ਦੇ ਇਸ ਬੁਲਟਿੰਗ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਨੂੰ ਪਹਿਲਾ ਪੇਸ਼ ਨਹੀਂ ਜੌਨਵੀਆ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਅਤੇ ਮਿਸਰ ਦੀ ਆਪਣੀ 6 ਦਿਨਾ ਇਤਿਹਾਸਿਕ ਯਾਤਰਾ ਮੁਕੰਮਲ ਕਰਨ ਤੋਂ ਬਾਅਦ ਦਿੱਲੀ ਪਰਤੇ ਮਿਸਰ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਉਥੋਂ ਦੇ ਸਰਬ ਉੱਚ ਸਨਮਾਨ ਆਰਡਰ ਆਫ ਦਾ ਨਾਇਲ ਲਈ ਕੀਤਾ ਧੰਨਵਾਦ ਖੇਤੀ ਅਤੇ ਪੁਰਾਤੱਤਵ ਦੇ ਖੇਤਰਾਂ ਵਿੱਚ ਸਹਿਯੋਗ ਸਮੇਤ 4 ਸਮਝੌਤਿਆਂ ਤੇ ਕੀਤੇ ਦਸਤਖਤ ਕੇਂਦਰੀ ਵਣਜ ਤੇ ਸਨਤ ਰਾਜ ਮੰਤਰੀ ਓਮ ਸੋਮਪrakash ਨੇ ਪੰਜਾਬ ਦੇ ਕਾਰੋਬਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਸੁਨੀਆਂ ਕੇਂਦਰ ਵੱਲੋਂ ਪੰਜਾਬ ਲਈ ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ਨੂੰ ਜਲਦੀ ਸ਼ੁਰੂ ਕਰਨ ਦਾ ਦਿਵਾਇਆ ਭਰੋਸਾ ਕੇਂਦਰੀ ਯੂਵ ਮਾਮਲਿਆਂ ਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੱਖ ਠਾਕੁਰ ਅਜ ਜਲੰਧਰ ਵਿਖੇ ਬੀਐਸਐਫ ਹੈੱਡਕੁਆਟਰ ਵਿੱਚ ਹਾਕੀ ਦਾ ਐਸਟਰੋਟ੍ਰਾਫ ਮੈਦਾਨ ਰਾਸ਼ਟਰ ਨੂ ਕਰਨਗੇ ਸਮਰਪਿਤ ਭਾਰਤ ਦੇ ਮੌਸਮ ਵਿਭਾਗ ਅਨੁਸਾਰ ਮੌਨਸੂਨ ਨੇ ਦਿੱਲੀ, ਬੰਬਈ ਅਤੇ ਹਿਮਾਚਲ ਸਮੇਤ ਦੇਸ਼ ਦੇ ਜ਼ਿਆਤਰ ਹਿੱਸਿਆਂ ਵਿੱਚ ਦਿੱਤੀ ਦਸਤਕ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਅਤੇ ਅਚਨਚੇਤ ਹੜ੍ਹ ਆਉਣ ਦੇ ਖਤਰੇ ਬਾਰੇ ਜਾਰੀ ਕੀਤੀ ਚੇਤਾਵਨੀ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਬਾਰੇ ਕੀਤਾ orange alert ਜਾਰੀ ਖਰਾਬ ਮੌਸਮ ਕਾਰਨ ਕੇਦਾਰਨਾਥ ਯਾਤਰਾ ਕੀਤੀ ਗਈ ਮੁਲਤਵੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਅਤੇ ਮਿਸਰ ਦੀ ਆਪਣੀ 6 ਦਿਨਾ ਸਰਕਾਰੀ ਯਾਤਰਾ ਮੁਕੰਮਲ ਕਰਨ ਤੋਂ ਬਾਅਦ ਕੱਲ ਰਾਤ ਦਿੱਲੀ ਪਰਤ ਆਏ। ਦਿੱਲੀ ਹਵਾਈ ਅੱਡੇ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮਿਨਾਕਸ਼ੀ ਲੇਖੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਦਿੱਲੀ ਦੇ ਭਾਜਪਾ ਸੰਸਦਾਂ ਜਿਨ੍ਹਾਂ ਵਿੱਚ ਹਰਸ਼ਵਰਧਨ ਹੰਸਰਾਜ ਹੰਸ ਅਤੇ ਗੌਤਮ ਕੰਬੀਰ ਸ਼ਾਮਲ ਨੇ ਉਹਨਾਂ ਦਾ ਸਵਾਗਤ ਕੀਤਾ। ਮਿਸਰ ਦੇ ਦੌਰੇ ਦੌਰਾਨ ਉਥੋਂ ਦੇ ਰਾਸ਼ਟਰਪਤੀ ਅਬ델 ਫਤਾ ਅਲ-सिसੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਸਰ ਦੇ ਸਰਵ ਉੱਚ ਸਨਮਾਨ ਆਰਡਰ ਆਫ ਦਾ ਨਾਇਲ ਨਾਲ ਸਨਮਾਨਿਤ ਕੀਤਾ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਪੂਰੀ ਨਿਮਰਤਾ ਨਾਲ ਆਰਡਰ ਆਫ ਦਾ ਨਾਇਲ ਸਨਮਾਨ ਸਵੀਕਾਰ ਕਰਦੇ ਨੇ ਉਹਨਾਂ ਨੇ ਇਸ ਦੇ ਲਈ ਮਿਸਰ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਇਹ ਭਾਰਤ ਅਤੇ ਭਾਰਤ ਦੇ ਲੋਕਾਂ ਦਾ ਉਹਨਾਂ ਲਈ ਪਿਆਰ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ਾਂ ਵਿੱਚ ਮਿਲਿਆ ਇਹ 13ਵਾਂ ਸਰਕਾਰੀ ਸਨਮਾਨ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਅਲਸੀਸੀ ਨਾਲ ਕਾਹਰਾ ਵਿੱਚ ਦੁਵੱਲੀ ਗੱਲਬਾਤ ਕੀਤੀ ਜਿਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਵਪਾਰ, سرمایہਕਾਰੀ, ਰੱਖਿਆ ਤੇ ਸੁਰੱਖਿਆ ਨਵ ਵਿਹਾਰ ਯੋਗ ਊਰਜਾ ਸਭਿਆਚਾਰ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਤੇ ਲੋਕਾਂ ਤੱਕ ਆਪਸੀ ਸੰਪਰਕ ਸਮੇਤ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਆਪਣੇ ਦੌਰੇ ਦੌਰਾਨ ਵਿਸਦੇ ਪ੍ਰਧਾਨ ਮੰਤਰੀ ਮੁਸਤਾਫਾ ਉਮੇਦਬੌਲੀ ਦਾ ਤਨਵਾਦ ਕੀਤਾ ਅਤੇ ਦੋਹਾਂ ਦੇਸ਼ਾਂ ਦੇ ਸੱਭਿਆਚਾਰਕ ਇਤਿਹਾਸ ਅਤੇ ਆਉਣ ਵਾਲੇ ਸਮੇਂ ਵਿੱਚ ਆਪਸੀ ਸਬੰਧਾਂ ਨੂੰ ਵਧਾਉਣ ਤੇ ਚਰਚਾ ਕੀਤੀ ਆਪਣੇ ਮਿਸਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਹੌਲੀਓਪੋਲਿਸ ਜੰਗੀ ਯਾਦਗਾਰ ਵਿੱਚ ਵੀ ਗਏ ਅਤੇ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਉਹਨਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਪ੍ਰਧਾਨ ਮੰਤਰੀ ਨੇ ਯਾਦਗਾਰ ਵਿੱਚ ਰੱਖੀ ਗਈ ਵਿਜ਼ਟਰ ਬੁੱਕ ਵਿੱਚ ਆਪਣੇ ਹਸਤਾਖਰਾਂ ਨਾਲ ਸਨੇਹਾ ਵੀ ਦਰਸ ਕੀਤਾ ਯਾਦਗਾਰ 3799 ਭਾਰਤੀ ਸੈਨਿਕਾਂ ਦੀ ਸ਼ਹਾਦਤ ਦੀ ਵਿddੀ ਯਾਦ ਵਿੱਚ ਬਣਾਈ ਗਈ ਸੀ ਪ੍ਰਧਾਨ ਅਮਦਿਨੈ ਵਿਸ਼ਵ ਪ੍ਰਸਿੱਧ ﺍﻟ हाकिम ਮਸਜਿਦ ਦਾ ਦੌਰਾ ਵੀ ਕੀਤਾ ਜੋ 11ਵੀਂ ਸਦੀ ਵਿੱਚ ਵਾਸਤੂ ਕਲਾ ਅਤੇ ਇਤਿਹਾਸ ਦਾ ਵਿਲੱਖਣ ਨਮੂਨਾ ਹੈ ਭਾਰਤ ਦੇ ਵਿਦੇਸ਼ ਕੱਤਰ ਵਿਨੇ ਮੋਹਨ ਕਵਾਤਰਾ ਨੇ ਕਾਹਰਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮਿਸਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੁਝੇਵਿਆਂ ਅਤੇ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਖੇਤੀ ਪੁਰਾਤਨ ਤੇ ਪੁਰਾਤਤਵ ਅਤੇ ਪ੍ਰਤੀਯੋਗਤਾ ਕਾਨੂੰਨ ਸਮੇਤ ਚਾਰ ਸਮਝੌਤਿਆਂ ਤੇ ਦਸਤਖਤ ਵੀ ਕੀਤੇ ਗਏ ਵਿਦੇਸ਼ ਸਕੱਤਰ ਨੇ ਕਿਹਾ ਹੈ ਕਿ ਪਦਮੰਤਰੀ ਨੇ ਆਉਣ ਵਾਲੇ G20 ਸਿਖਰ ਸੰਮੇਲਨ ਲਈ ਰਾਸ਼ਟਰਪਤੀ ਅਲਸੀਸੀ ਨੂੰ ਸੱਦਾ ਵੀ ਦਿੱਤਾ ਹੈ as arindam just said is on our state visit to egypt at the invitation of president his excellency mr abdul fatah al sisi this is prime minister's first visit to egypt he arrived yesterday afternoon <clears throat> and was warmly received by prime minister of egypt uh, at the airport and was also accorded a ceremonial welcome yesterday including the guard of honor at the airport ਕੇਂਦਰੀ ਮਕਾਨ ਅਨੁਸਾਰੀ ਅਤੇ ਸ਼ਹਿਰੀ ਮਾਮਲੇ ਬਾਰੇ ਮੰਤਰੀ ਹਰਦੀਪ ਸਿੰਘ ਪੂਰੀ ਨੇ ਅੱਠਵਰੇ ਮੁਕੰਮਲ ਹੋਣ ਤੇ ਸਮਾਰਟ ਸਿਟੀ ਮਿਸ਼ਨ ਦੀ ਸ਼ਲਾਗ ਕੀਤੀ ਹੈ। ਕੇਂਦਰੀ ਮੰਤਰੀ ਨੇ ਟਵੀਟ ਕਰਦੇ ਕਿਹਾ ਕਿ ਸਮਾਰਟ ਸਿਟੀ ਮਿਸ਼ਨ ਦੇ ਤਹਿਤ 5800 ਮੁਕੰਮਲ ਹੋਏ ਪ੍ਰੋਜੈਕਟਾਂ ਨੇ ਸ਼ਹਿਰੀ ਇਲਾਕਿਆਂ ਦੀ ਦਿੱਖ ਬਦਲ ਦਿੱਤੀ ਹੈ। ਲੋਕਾਂ ਨੂੰ ਬੁਧਾਈ ਦਿੰਦਿਆਂ ਹਰਦੀਪ ਸਿੰਘ ਪੂਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਲੈਂਡਮਾਰਕ ਪ੍ਰੋਜੈਕਟ ਦੇ ਤਹਿਤ 1.80 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਨੇ। ਉਨਾਣਕਾ ਹੈ ਕਿ ਇਸ ਮਿਸ਼ਨ ਨੇ ਦੇਸ਼ ਦੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਜੂਨ 2015 ਨੂੰ 스마트 ਸਿਟੀ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਮਿਸ਼ਨ ਦਾ ਮੰਤਵ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਅਤੇ ਨਾਗਰਿਕਾਂ ਨੂੰ ਗੁਣਵੱਤਾ ਭਰਪੂਰ ਜੀਵਨ ਮੁਹੱਈਆ ਕਰਾਉਣਾ ਹੈ ਅਤੇ ਨਾਲ ਹੀ ਵਾਤਾਵਰਣ ਦੀ ਸામ ਸੰਭਾਲ ਤੇ ਵੀ ਖਾਸ ਫੋਕਸ ਕੀਤਾ ਗਿਆ ਹੈ। ਰੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਅਮਰੀਕਾ ਤੋਂ ਖਰੀਦੇ ਜਾਣ ਵਾਲੇ ਡਰੋਨ ਦੀਆਂ ਕੀਮਤਾਂ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਨੂੰ ਸਿਰਿਓਂ ਖਾਰਜ ਕੀਤਾ ਹੈ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਪਕਰਨਾ ਦੇ ਵੇਰਵੇ ਅਤੇ ਖਰੀਦ ਦੀਆਂ ਸ਼ਰਤਾਂ ਨੂੰ ਗਲਬਾਤ ਮਗਰੋਂ ਤੈਅ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਹੈ ਕਿ MQ9B ਡਰੋਨ ਦੀ ਖਰੀਦ ਲਈ ਕੀਮਤ ਅਜੇ ਤੈਅ ਨਹੀਂ ਕੀਤੀ ਗਈ ਬਿਆਨ ਮੁਤਾਬਕ ਅਜਈਆਂ ਝਾਲੀ ਖਬਰਾਂ ਹਥਿਆਰਬੰਦ ਫੌਜਾਂ ਦੇ ਮਨੋਬਲ ਤੇ ਮਾੜਾ ਪ੍ਰਭਾਵ ਪਾ ਸਕਦੀਆਂ ਨੇ ਮੰਤਰਾਲੇ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਪਰਮਾਉ ਖਬਰਾਂ ਤੇ ਗਲਤ ਜਾਣਕਾਰੀ ਨਾ ਫਲਾਈ ਜਾਵੇ ਕੇਂਦਰੀ ਵਣਜ ਮੰਤਰੀ ਸਨਤ ਰਾਜਮントਰੀ ਸੋਮਪ੍ਰਕਾਸ਼ ਨੇ ਮੋਗਾ ਵਿੱਚ ਵਪਾਰ ਸਮਿਲਨ ਦੌਰਾਨ ਮੋਗਾ ਦੇ ਵਪਾਰੀਆਂ ਅਤੇ ਸਨਦਕਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਲੋਕ ਸਭਾ ਹਲਕਾ ਫਰੀਦਕੋਟ ਦੇ ਸਹਿਪਰਿਵਾਰੀ ਵਿਜੇ ਸ਼ਰਮਾ ਅਤੇ ਟ੍ਰੇਡ ਸੈਲ ਪੰਜਾਬ ਦੇ ਪ੍ਰਧਾਨ ਦਿਨੇਸ਼ ਸਰਪਾਲ ਦੀ ਅਗਵਾਈ ਵਿੱਚ ਕਾਰੋਬਾਰੀਆਂ ਨੇ ਕੇਂਦਰੀ ਮੰਤਰੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਤੋਂ ਜਾਣੂ ਕਰਾਇਆ। ਸੋਮਪ੍ਰਕਾਸ਼ ਨੇ ਉਨ੍ਹਾਂ ਨੂੰ ਹਰ ਇੱਕ ਸਮੱਸਿਆ ਦਾ ਜਲਦ ਹੀ ਠੁਕਮਾ ਹੱਲ ਲੱਭਣ ਦਾ ਭਰੋਸਾ ਦਿੱਤਾ। ਕਈ ਸਨਦਕਾਰਾਂ ਵੱਲੋਂ ਨਵੇਂ ਅਤੇ ਸਥਾਪਿਤ ਉਦਯੋਗਾਂ ਲਈ ਬੀਮਾ ਯੋਜਨਾ ਅਤੇ ਸੌਰ ਊਰਜਾ ਪ੍ਰੋਜੈਕਟਾਂ ਦੀ ਸਥ ਕੇਂਦਰੀ ਮੰਤਰੀ ਸੋਮਪ੍ਰਕਾਸ਼ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਪ੍ਰੋਜੈਕਟ ਜਲਦ ਹੀ ਪੰਜਾਬ ਵਿੱਚ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਸੋਮਪ੍ਰਕਾਸ਼ ਨੇ ਮੋਗਾ ਵਿਖੇ ਸ਼ਹੀਦੀ ਸਮਾਰਕ ਵਿਖੇ ਕਰਾਈ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਭਾਰਤ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਜਰਨਲ ਕਤਰ ਜੀਵਨ ਗੁਪਤਾ, ਜ਼ਿਲ੍ਹਾ ਪ੍ਰਧਾਨ ਡਾਕਟਰ ਸਿਮਾਂਤ ਗਰਗ ਵੀ ਮੌਜੂਦ ਸਨ। ਅਤਵਾਦ ਦੇ ਦੌਰ ਵਿੱਚ ਜਾਨਾਂ ਗੁਆਣ ਵਾਲੀਆਂ ਸ਼ਖਸੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸੋਮਪ੍ਰਕਾਸ਼ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਪਹਿਲਾਂ ਦੇਸ਼ ਦੀ ਵੰਡ ਵੇਲੇ ਜਾਨਾਂ ਗੁਆਣੀਆਂ ਪਈਆਂ ਅਤੇ ਬਾਅਦ ਵਿੱਚ ਅਤਵਾਦ ਦੇ ਕਾਲੇ ਦੌਰ ਵਿੱਚ ਖੂਨ ਡੋਲਿਆ। ਉਹਨਾਂ ਨੇ ਕਿਹਾ ਕਿ ਭਾ ਪੰਜਾਬ ਵਿੱਚ ਸਭਿਆਚਾਰਕ ਸੰਜਤੇ ਸ਼ਾਂਤੀ ਸਥਾਪਿਤ ਹੋ ਚੁੱਕੀ ਹੈ ਪਰ ਫਿਰ ਵੀ ਗੁਰਬਾਣੀ ਤੇ ਅਮਲ ਕਰਦਿਆਂ ਸਮਾਜ ਸੁਧਾਰ ਵੀ ਦੀ ਵੱਡੀ ਲੋੜ ਹੈ ਜਦੋਂ ਦੇਸ਼ ਰਾਤ ਹੋਇਆ 10 ਲੱਖ ਨਾਮ ਕੀ ਬਣੇ 10 ਲੱਖ ਲੋਕੀ ਹੈ ਰਹਿ ਗਏ ਰਹਿੰਦੇ ਹਨ ਅਸੀਂ ਜਾਗ ਦਾ ਜਸ਼ਨ ਮਨਾਉਣੇ ਆ ਉਦੋਂ ਅਮਰ ਦਾ ਪ੍ਰਿੰਮ ਨੇ ਕਿਹਾ ਸੀ ਕਬਤਾ ਲਿਖੀ ਸੀ ਅੱਜ ਆਖਾਂ ਵਾਲੇ ਚਾਉ ਨੋਕੀ ਦੇ ਕਬਰਾਂ ਮਤੋਂ ਹੋਰਾਂ ਨੇ ਤਾਕਤ ਦੇ ਦਿੱਤਾ ਕੋਈ ਅਗਰਾ ਵਰਤਾ ਹੋ ਉਹਨੇ ਮਨ ਦੀ ਬੇਦਨਾ ਪ੍ਰਗਟ ਕੀਤੀ ਅਸ਼wini ਸ਼ਰਮ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਦਾ ਬਹੁਤ ਦਰਦਪਰਿਆ ਇਤਿਹਾਸ ਹੈ ਅਤੇ ਸ਼ਹੀਦਾਂ ਦੇ ਸੱਕੇ ਸਬੰਧੀਆਂ ਦੇ ਜ਼ਖਮ ਅਜੇ ਵੀ ਅੱਲੇ ਨੇ ਬਹੁਤ ਸਾਰੇ ਲੋਕਾਂ ਨੂੰ ਬਧਦਾ ਜੀ ਪੁਲਿਸ ਨੇ ਅਤੰਕਵਾਦ ਹਰਾਇਆ ਹੈ ਪੁਲਿਸ ਨੇ ਆਪਣੀ ਭੂਮਿਕਾ ਜੇ पंजाब ਦੇ ਅਤੰਕਵਾਦ ਨੂੰ ਪੰਜਾਬੀਆਂ ਨੇ ਹਰਾਇਆ ਹੈ ਜਲੰਧ ਦੇ ਹਾਕੀ ਪ੍ਰੇਮੀਆਂ ਨੂੰ ਇੱਕ ਹੋਰ ਆਤਾਧੁਨਿਕ ਐਸਟਰੋਟ੍ਰਾਫ ਮੈਦਾਨ ਮਿਲਣ ਜਾ ਰਿਹਾ ਹੈ ਬੀਐਸਐਫ ਪੰਜਾਬ ਫਰੰਟੀਅਰ ਦੇ ਜਲੰਧਰ ਵਿੱਚ ਪੈਂਦੇ ਹੈੱਡਕੁਆਰਟਰ ਵਿੱਚ ਬਣਨ ਵਾਲੇ ਇਸ ਮੈਦਾਨ ਬਾਰੇ ਜਾਣਕਾਰੀ ਦਿੰਦੀਆਂ ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਖੇਡ ਤੇ ਯੂਵਾ ਮਾਮਲੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਅਤ ਆਧੁਨਿਕ ਸਹੂਲਤਾਂ ਵਾਲਾ ਹਾਕੀ ਮੈਦਾਨ ਅੱਜ ਰਾਸ਼ਟਰ ਨੂੰ ਸਮਰਪਿਤ ਕਰਨਗੇ ਇਸ ਮੌਕੇ ਬੀਐਸਐਫ ਦੇ ਡੀਜੀ ਨਿਤਿਨ ਅਗਰਵਾਲ ਵੀ ਹਾਜ਼ਰ ਰਹਿਣਗੇ ਬੀਐਸਐਫ ਨੇ ਹਾਕੀ ਦੇ ਖੇਤਰ ਵਿੱਚ ਦੇਸ਼ ਨੂੰ ਕਈ 올림픽ਨ ਅਤੇ ਕਮਾਂਟਰੀ ਪੱਧਰ ਦੇ ਖਿਡਾਰੀ ਦਿੱਤੇ ਨੇ ਦ ਵਿੱਚ ਇਸ ਤੋਂ ਪਹਿਲਾਂ 올ੰਪੀਅਨ ਸੁਰਜੀਤ ਹਾਕੀ ਸਟੇਡੀਅਮ ਪੀਏਪੀ ਸਟੇਡੀਅਮ ਵਿੱਚ ਪੂਰੇ ਐਸਟ੍ਰਾਟ੍ਰਾਫ ਮੈਦਾਨ ਉਪਲਬਧ ਨੇ ਜਦਕਿ ਖਾਲਸਾ ਕਾਲਜ ਵਿੱਚ 6ਏ ਸਾਈਡ ਐਸਟ੍ਰਾਟ੍ਰਾਫ ਮੈਦਾਨ ਉਪਲਬਧ ਹੈ ਹਾਕੀ ਦੀ ਨਰਸਰੀ ਵੱਜੋਂ ਪਹਿਚਾਨ ਰੱਖਣ ਵਾਲੇ ਜਰੰਦਰ ਨੂੰ ਇਸ ਨਵੇਂ ਮੈਦਾਨ ਦਾ ਪੂਰਾ ਲਾਭ ਮਿਲਣ ਦੀ ਆਸ ਹੈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਫਲਾਈ ਮਹਿਕਮੇ ਵੱਲੋਂ ਖੇਤੀਬਾੜੀ ਮਸ਼ੀਨਰੀ ਦੀ ਖਰੀਦ ਅਤ੍ਰੇਈ ਕਿਸਾਨਾਂ ਨੂੰ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਚਾਹਵਾਨ ਕਿਸਾਨ 22 ਜੁਲਾਈ ਤੱਕ ਖੇਤੀਬਾੜੀ ਮਹਿਕਮੇ ਦੇ ਸਬਸਿਡੀ ਪੋਰਟਲ ਤੇ ਅਰਜ਼ੀਆਂ ਦੇ ਸਕਦੇ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੂਬੇ ਦੇ ਕਿਸਾਨਾਂ ਨੂੰ ਖੇਤੀ ਮਸ਼ੀਨਰੀਕਰਨ ਦੇ ਸਬਮਿਸ਼ਨ ਦੀ ਯੋਜਨਾ ਦਾ ਵੱਤਵੱਤ ਲਾਹਾ ਲੈਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਘਟਣਗੇ ਅਤੇ ਆਮਦਨ ਵਿੱਚ ਵਾਧਾ ਹੋਵੇਗਾ ਉਹਨਾਂ ਨੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਉਣ ਦੀ ਹਦਾਇਤ ਕੀਤੀ ਇਸ ਤਕੀਮ ਦੇ ਤਹਿਤ ਚੋਨਾ ਲਗਾਉਣ ਵਾਲੀ ਮਸ਼ੀਨ ਡੀਐਸਆਰ ਡ੍ਰਿਲ ਆਲੂ ਲਾਉਣ ਵਾਲੀ ਮਸ਼ੀਨ ਬੂਮਸਪਰੇ ਆਇਲ ਮਿਲ ਅਤੇ ਮਿਨੀ ਪ੍ਰੋਸੈਸਿੰਗ ਪਲਾਂਟਸ ਹਨੇ ਹੋਣਾ ਮਸ਼ੀਨੀਆਂ ਤੇ ਸਬਸਿਡੀ ਮੁਹੱਈਆ ਕਰਾਈ ਜਾ ਰਹੀ ਹੈ ਮਹੀਨ ਮਸ਼ੀਨਵਾਰ ਸਬਸਿਡੀ ਦੇ ਵੇਰਵੇ ਮਹਿਕਮੇ ਦੀ ਵੈਬਸਾਈਟ ਤੇ ਉਪਲਬਧ ਕਰਵਾਏ ਗਏ ਨੇ ਐਸੇ ਕਿਸਾਨਾਂ ਲਈ ਸਕੀਮ ਵਿੱਚ ਵੱਖਰੇ ਤੌਰ ਤੇ ਵੰਡ ਮੁਹੱਈਆ ਕਰਵਾਏ ਗਏ ਨੇ ਇਸ ਤੋਂ ਇਲਾਵਾ ਮਹਿਕਮੇ ਵੱਲੋਂ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਤੇ ਹੋ ਰਹੇ ਹਮਲਿਆਂ ਦੀ ਕੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਸਰ ਤੋਂ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਸਿੱਖ ਦੁਕਾਨਦਾਰ ਮਨਮੋਹਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ। ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਗੰਭੀਰ ਹੋਣਾ ਚਾਹੀਦਾ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਪਿਛਲੇ 2 ਦਿਨਾਂ ਵਿੱਚ ਪਾਕਿਸਤਾਨ ਵਿੱਚ ਸਿੱਖਾਂ ਤੇ ਹਮਲੇ ਦੀ ਇਹ ਦੂਜੀ ਘਟਨਾ ਹੈ ਤੇ ਇਸ ਤੋਂ ਪਹਿਲਾਂ ਵੀ ਅ ਉਹ ਵਾਪਰ ਚੁੱਕਿਆ ਨਹੀਂ ਉਹਨਾਂ ਵਿਦੇਸ਼ ਮੰਤਰਾਲੇ ਨੂੰ ਵੀ ਇਹਨਾਂ ਘਟਨਾਵਾਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਪਟਿਆਲਾ ਦੇ ਰਿਕਾਰਡ ਬ੍ਰੇਕਰ ਅਤੇ ਲੀਡ ਕਲੱਬ ਵੱਲੋਂ ਨਸ਼ਾ ਮੁਕਤੀ ਦਾ ਸਨੇਹਾ ਦਿਨ ਦੀ ਦੂਜੀ ਵੱਡੀ ਮੈਰਾਥਨ ਕਰਵਾਈ ਗਈ। ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਕਰਨਲ ਸਿੰਘ ਵੱਲੋਂ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤਾ ਗਿਆ। ਇਸ ਮੈਰਾਥਨ ਦੌੜ ਵਿੱਚ ਹਰ ਇੱਕ ਵਰਗ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਇਸ ਵਿੱਚ ਪਟਿਆਲਾ ਦੇ ਦੌੜਾਕ ਸਮੂਹਾਂ ਨੇ ਭਾਗ ਲਿਆ। ਮੈਰਾਥਨ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਸ਼ਿਰਕਤ ਕਰਦਿਆਂ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਦਾ ਸਨੇਹਾ ਦਿੱਤਾ ਅਤੇ ਵਿਚ ਵੱਧ ਚੜਕੇ ਭਾਗ ਲੈਣ ਦੀ ਅਪੀਲ ਕੀਤੀ ਸੀ ਦੱਖਣ ਵੱਸੇ ਮੌਨਸੂਨ ਦਿੱਲੀ ਅਤੇ ਬੰਬਈ ਸਮੇਤ ਉੱਤਰ ਭਾਰਤ ਦੇ ਜ਼ਿਆਤਰ ਹਿੱਸਿਆਂ ਵਿੱਚ ਪਹੁੰਚ ਗਿਆ ਹੈ ਇਹ ਪਹਿਲੀ ਵਾਰ ਹੈ ਕਿ ਮੌਨਸੂਨ ਤੈ ਸਮੇ ਤੋਂ 2 ਦਿਨ ਪਹਿਲਾਂ ਦਿੱਲੀ ਵਿੱਚ ਪਹੁੰਚਿਆ ਹੈ ਪੰਜਾਬ ਅਤੇ ਹਿਮਾਚਲ ਵਿੱਚ ਵੀ ਮੌਨਸੂਨ ਦੇ ਦਸਤਕ ਦੇ ਦਿੱਤੀ ਹੈ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੀ بارش ਕਾਰਨ ਕਈ ਦਿਹਾੜੀ ਮਾਰਦਾ ਅਤੇ ਵਾਣ ਨੂੰ ਵਿਆਪਕ ਨੁਕਸਾਨ ਹੋਣ ਦੀ ਸੂchnਾ ਹੈ ਪੰਜਾਬ ਦੇ ਜਲੰਧਰ ਸਮੇਤ ਕਈ ਹਿੱਸਿਆਂ ਵਿੱਚ ਬੀਤੀ ਰਾਤ ਹਲਕੀ بارش ਹੋਣ ਨਾਲ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਲੋਕਾਂ ਨੂੰ ਭਾਰੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਮੌਸਮੀ ਬਾਗ ਨੇ ਹਿਮਾਚਲ ਪ੍ਰਦੇਸ਼ ਵਿੱਚ 24 ਘੰਟੇ ਦੌਰਾਨ ਅਚਨਚ ਦੇ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਚੰਬਾ ਕਾਂਗੜਾ ਕੁੱਲੂ ਸ਼ਿਮਲਾ ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਤੇ ਇਸ ਦਿਨ ਆਲੇ ਦੁਆਲੇ ਦੇ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਣ ਅਤੇ ਅਗਲੇ 24 ਘੰਟਿਆਂ ਵਿੱਚ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰੇ ਜਲ ਖੇਤਰਾ ਅਤੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਵੀ ਜਟਾਈ ਹੈ ਮੌਸਮ ਵਿਭਾਗ ਦੇ ਮਹਾਨ ਨਿਰਦੇਸ਼ਕ ਡਾਕਟਰ ਮ੍ਰਿਤੁੰਜੇ ਮਹਾਪਾਤਰ ਨੇ ਕਿਹਾ ਹੈ ਕਿ ਅਗਲੇ 4 ਤੋਂ 5 ਦਿਨਾਂ ਦੌਰਾਨ ਮੱਧ ਪੂਰਬੀ ਉੱਤਰ ਪੱਛਮੀ ਅਤੇ ਪੱਛਮੀ ਭਾਰਤ ਵਿੱਚ ਮੌਨਸੂਨ ਦੇ ਸਰਗਰਮ ਰਹਿਣ ਦੀਆਂ ਸਥਿਤੀਆਂ ਬਣੀਆਂ ਰਹਿਣਗੀਆਂ ਭਾਰਤੀ ਮੌਸਮ ਵਿਭਾਗ ਅਨੁਸਾਰ ਮੌਨਸੂਨ ਹੁਣ ਮੱਧ ਅਰਬ ਸਾਗਰ ਦੇ ਬਾਕੀ ਹਿੱਸਿਆਂ ਮੁੰਬਈ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਮਹਾਰਾਸ਼ਟਰ ਦੇ ਬਾਕੀ ਖੇਤਰਾ ਗੁਜਰਾਤ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਉੱਤਰਾਖੰਡ ਦੇ ਬਾਕੀ ਰਹਿੰਦੇ ਹਿੱਸਿਆਂ ਅਤੇ ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ ਅਤੇ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧ ਗਿਆ ਹੈ ਉਤਰਾਖੰਡ ਦੇ ਸੁਬਾਈ ਮੌਸਮੀ ਵਿਭਾਗ ਨੇ ਨੈਨੀਤਾਲ, ਚੰਪਾਵਤ, ਪਿਦੌੜਾਗੜ, ਬਗੇਸ਼ਵਰ, ਦੇਰਾਦੂੰਨ, ਤੇਰੀ ਅਤੇ ਪੌੜੀ ਜ਼ਿਲ੍ਹਿਆਂ ਸਮੇਤ ਕਈ ਹੋਰ ਜ਼ਿਲ੍ਹਿਆਂ ਲਈ ਤੇਜ਼ ਬਾਰਿਸ਼ ਦੀ ਚੇਤਾਵਨੀ ਦਿੰਦਿਆਂ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਗੜਵਾਲ ਮੰਡਲ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਅਗਲੇ 2 ਦਿਨਾਂ ਦੌਰਾਨ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ। ਇਸੇ ਦੌਰਾਨ ਪ੍ਰਸ਼ਾਸਨ ਨੇ ਦੇਰਾਦੂੰਨ, ਉਤਰਕਾਸ਼ੀ ਅਤੇ ਰੁਦਰ ਪ੍ਰਿਆਗ ਸਮੇਤ ਕਈ ਹਿੱਸਿਆਂ ਵਿੱਚ بارش ਤੇ ਜਾਰੀ ਰਹਿਣ ਅਤੇ ਰੁਦਰ ਪ੍ਰਯਾਗ ਵਿੱਚ ਤੇਜ਼ بارش ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਕੇ ਦਾਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਹੈ। ਕੱਲ ਤੋਂ ਲਗਾਤਾਰ بارش ਹੋਣ ਅਤੇ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਦੇਰਾਂਦੂਨ ਅਤੇ ਹਰidਵਾਰ ਵਿਚਾਲੇ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਹਰidਵਾਰ ਸ਼ਹਿਰ ਦੀਆਂ ਕਈ ਰਿਆਸੀ ਇਮਾਰਤਾਂ ਤੇ ਕਾਰੋਬਾਰੀ ਆਧਾਰੀਆਂ ਨੂੰ ਨੁਕਸਾਨ ਪਹੁੰਚਿਆ ਹੈ। ਉੱਤਰਕਾਸ਼ੀ ਜ਼ਿਲ੍ਹੇ ਦੇ ਬਰੋਲਾ ਵਿੱਚ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDG ਜਰੰਦ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਬੁਲੇਟਿਨ ਦੀ ਅਖੀਰ ਵੀ ਚੋਣੀਆਂ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਤੇ ਮਿਸਰ ਦੀ ਆਪਣੀ 6 ਦਿਨਾ ਇਤਿਹਾਸਕ ਯਾਤਰਾ ਮੁਕੰਮਲ ਕਰਨ ਤੋਂ ਬਾਅਦ ਦਿੱਲੀ ਪਰਤੇ ਮਿਸਰ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਉਥੋਂ ਦੇ ਸਰਬ ਉੱਚ ਸਨਮਾਨ ਆਰਡਰ ਆਫ ਦਾ ਨਾਈਲ ਲਈ ਕੀਤਾ ਧੰਨਵਾਦ ਖੇਤੀ ਅਤੇ ਪੁਰਾਤਤਵ ਦੇ ਖੇਤਰਾਂ ਵਿੱਚ ਸਹਿਯੋਗ ਸਮੇਤ ਚਾਰ ਸਮਝੌਤੇ ਤੇ ਕੀਤੇ ਦਸਤਖਤ ਕੀਤੇ। ਕੇਂਦਰੀ ਵਣਜ ਤੇ ਸਨਤ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਪੰਜਾਬ ਦੇ ਕਾਰੋਬਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਸੁਨੀਆਂ, ਕੇਂਦਰ ਵੱਲੋਂ ਪੰਜਾਬ ਲਈ ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ਨੂੰ ਜਲਦੀ ਸ਼ੁਰੂ ਕਰਨ ਦਾ ਦਿਵਾਇਆ ਭਰੋਸਾ। ਕੇਂਦਰੀ ਯੂਵ ਮਾਮਲਿਆਂ ਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਅੱਜ ਜਲੰਧਰ ਵਿਖੇ ਬੀਐਸਐਫ ਹੈੱਡਕੁਆਰਟਰ ਵਿੱਚ ਹਾਕੀ ਦਾ ਐਸਟ੍ਰੋਟ੍ਰਾਫ ਮੈਦਾਨ ਰਾਸ਼ਟਰ ਨੂੰ ਕਰਨ ਦੇ ਸਮਰਪਿਤ ਭਾਰਤੀ ਮੌਸਮ ਵਿਭਾਗ ਅਨੁਸਾਰ ਮੌਨਸੂਨ ਨੇ ਦਿੱਲੀ, ਬੰਬਈ ਅਤੇ ਹਿਮਾਚਲ ਸਮੇਂ ਦੇਸ਼ ਤੇ ਜ਼ਿਆਦਾਤਰ ਹਿੱਸਿਆਂ ਵਿੱਚ ਦਿੱਤੀ ਦਸਤਕ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਅਤੇ ਅਚਨਚਤ ਹੜਾਉਣ ਦੇ ਖਤਰੇ ਬਾਰੇ ਜਾਰੀ ਕੀਤੀ ਚੇਤਾਵਨੀ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਕਾਰਨ ਕੀਤਾ orange alert ਖਰਾਬ ਮੌਸਮ ਕਾਰਨ ਕੇਦਾਰਨਾਥ ਯਾਤਰਾ ਕੀਤੀ ਗਈ ਮੁਲਤਵੀ। ਅੱਜ ਦੀਆਂ ਆਖਰੀ ਖਬਰਾਂ ਦਾ ਬੁਲਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ। ਨਮਸਕਾਰ।